ਪੰਜਾਬ ਦੇ ਸਰਕਾਰੀ ਵਿਭਾਗਾਂ ਅਤੇ ਦਫ਼ਤਰਾਂ ਖਾਸ ਕਰਕੇ ਮਾਲ ਮਹਿਕਮੇ 'ਚ ਕੰਮ ਕਾਰ ਕਿਵੇਂ ਚੱਲਦਾ ਹੈ ਇਸ ਬਾਰੇ ਪਤਾ ਲਾਉਣ ਲਈ ਜਦੋਂ ਡੇ ਐਂਡ ਨਾਈਟ ਨਿਊਜ਼ ਦੀ ਟੀਮ ਕਪੂਰਥਲਾ ਦੇ ਮਾਲ ਮਹਿਕਮੇ ਦੇ ਦਫ਼ਤਰ ਗਈ ਤਾਂ ਸਾਰੇ ਸਟਾਫ ਨੂੰ ਇਸ ਤਰ੍ਹਾਂ ਭਾਜੜ ਪੈ ਗਈ ਜਿਵੇਂ ਉਹ ਕੋਈ ਅਪਰਾਧੀ ਹੋਣ। ਹਾਲਾਂਕਿ ਸੇਵਾ ਦਾ ਅਧਿਕਾਰ ਕਾਨੂੰਨ ਬਣਾ ਕੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਤੁਰੰਤ ਕੰਮ ਹੋਣ ਦੀ ਗੱਲ ਕੀਤੀ ਹੈ ਅਤੇ ਇਸ ਗੱਲ ਨੂੰ ਵੱਡੇ ਪੱਧਰ 'ਤੇ ਇਸ਼ਤਿਹਾਰਾਂ ਰਾਹੀਂ ਪ੍ਰਚਾਰਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਲੋਕਾਂ ਨੂੰ ਧੱਕੇ ਨਹੀਂ ਖਾਣੇ ਪੈ ਰਹੇ, ਪਰ ਅਸਲ ਤਸਵੀਰ ਕੁਝ ਹੋ ਰਹੀ ਹੈ। ਪੰਜਾਬ ਦੇ ਲੋਕ ਸਰਕਾਰੀ ਮਾਲ ਮਹਿਕਮੇ ਤੋਂ ਸਭ ਤੋਂ ਵਧੇਰੇ ਦੁਖੀ ਨੇ। ਕੰਮ ਕਰਾਉਣ ਬਦਲੇ ਕਥਿਤ ਤੌਰ 'ਤੇ ਮੋਟੀਆਂ ਰਿਸ਼ਵਤਾਂ ਮੰਗੀਆਂ ਜਾਂਦੀਆਂ ਨੇ। ਕਪੂਰਥਲਾ ਦੇ ਇੱਕ ਬਜ਼ੁਰਗ ਵਿਅਕਤੀ ਰਵਿੰਦਰ ਅਗਰਵਾਲ ਨੇ ਇਸ ਗੱਲ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੇਵਾ ਦੇ ਅਧਿਕਾਰ ਬਾਰੇ ਕਾਨੂੰਨ ਲਈ ਗੰਭੀਰ ਨਹੀਂ ਹੈ ਅਤੇ ਜੋ ਕੁਝ ਵੀ ਪ੍ਰਚਾਰਿਆ ਜਾ ਰਿਹਾ ਹੈ ਉਹ ਸਿਰਫ ਅਖਬਾਰੀ ਬਿਆਨਬਾਜ਼ੀ ਤੋਂ ਵੱਧ ਕੁਝ ਵੀ ਨਹੀਂ ਹੈ। ਇੱਕ ਮਹੀਨਾ ਡੇਢ ਮਹੀਨਾ ਹੋ ਗਿਆ ਜੀ, ਮੈਂ ਇੱਕ ਇਹਨਾਂ ਨੂੰ ਬਸੀਅਤ ਅਪਲਾਈ ਕੀਤੀ ਸੀਗੀ ਸੁਵਿਧਾ ਕੇਂਦਰ ਦੇ ਥਰੂ। ਡੇਢ ਮਹੀਨਾ ਹੋ ਗਿਆ ਮੈਨੂੰ, ਉੱਪਰ ਥੱਲੇ ਪੌੜੀਆਂ ਚੜ੍ਹਨੀਆਂ ਪੈਂਦੀਆਂ। ਉਹ ਮੈਡਮ ਜਿਹੜੀ ਦਲਜੀਤ ਕੌਰ, ਉਹ ਮਿਲਦੇ ਨਹੀਂ, ਕਦੀ ਕਹਿਣਗੇ ਐਫੀਡੈਵਿਟ ਦਿਓ, ਕਦੀ ਕਹਿ ਦਿੰਦੇ ਆਹ ਚੀਜ਼ ਲਿਖਵਾ ਕੇ ਲਿਆਓ। ਮੈਂ ਕਰਦਾ ਹੀ ਪਰੇਸ਼ਾਨ ਹੋ ਗਿਆ ਜੀ, ਆਹ ਦੇਖੋ ਐਫੀਡੈਵਿਟ ਦਿੱਤਾ, ਹਰ ਤਰ੍ਹਾਂ ਦੇ ਕਾਗਜ਼ ਦੀ ਫਾਰਮੈਲਿਟੀ ਪੂਰੀ ਕੀਤੀ, ਫਿਰ ਵੀ ਮੈਨੂੰ ਅੱਜ ਤੱਕ ਉਹ ਬਸੀਅਤ ਨਹੀਂ ਮਿਲੀ, ਕਾਪੀ ਬਸੀਅਤ ਦੀ ਨਹੀਂ ਮਿਲੀ। ਬਸ ਅੱਜ ਆਓ ਕੱਲ੍ਹ ਆਓ ਮੈਡਮ ਬਹਿੰਦੀ ਨਹੀਂ। ਇਹ ਜਿਹੜੀ ਗੱਲ ਹੈ ਡੀ ਸੀ ਮੈਮ ਦੀ ਨਜ਼ਰ ਵਿੱਚ ਆ ਚੁੱਕੀ ਹੈ, ਇਸ ਲਈ ਅਤੇ ਜਿਹੜੀ ਵੀ ਅਨੁਸ਼ਾਸਨੀ ਕਾਰਵਾਈ ਬਣਦੀ ਹੈ ਉਹ ਹੋ ਰਹੀ ਹੈ। ਕੀ ਨਾਮ ਦੱਸ? ਹੈਂ, ਇੱਥੇ ਕਿੱਦਾਂ ਬੈਠਾ ਤੂੰ? ਇਹ ਇੱਕ ਕੋਰਟ ਕੇਸ ਵਜੋਂ ਆਪਾਂ ਜਿਹੜੀਆਂ ਅਦਾਲਤਾਂ ਦੇ ਵਿੱਚ ਨਕਲਾਂ ਇਸ਼ੂ ਕਰਦੇ ਨਾ ਆਪਾਂ, ਇਹ ਅਦਾਲਤਾਂ ਵਿੱਚ ਜਾਂਦੀਆਂ ਹੈਗੀਆਂ। ਹਾਂਜੀ, ਕੋਰਟ ਕੇਸ ਤੋਂ ਇਲਾਵਾ ਅਸੀਂ ਕੋਈ ਵੀ ਹਲਫੀਆ ਬਿਆਨ ਅਤੇ ਆਪਾਂ ਸਭੀ ਘੋਸ਼ਣਾ ਪੱਤਰ ਹੀ ਲਾਉਂਦੇ, ਹੋਰ ਕੋਈ ਹਲਫੀਆ ਬਿਆਨ ਨਹੀਂ ਲੱਗਦਾ ਇੱਥੇ। ਤੁਹਾਡੇ ਪਿੱਛੋਂ ਤੁਹਾਡੇ ਸਰਕਾਰੀ ਰਿਕਾਰਡ ਨਾਲ ਕੋਈ ਮੁੰਡਾ ਛੇੜਛਾੜ ਕਰ ਰਿਹਾ ਸੀਗਾ, ਉਸ ਬਾਰੇ ਤੁਹਾਡਾ ਕੀ ਕਹਿਣਾ? ਨਹੀਂ, ਚਾਬੀ ਮੇਰੇ ਕੋਲ ਹੈ। ਕਾਹਦੀ ਚਾਬੀ? ਮੇਰੇ ਕੋਲ ਹੁੰਦੀ ਨਕਲਾਂ ਇਸ਼ੂ ਹੁੰਦੀਆਂ ਵੈ, ਜਿੰਨੀਆਂ ਵੀ ਬ੍ਰਾਂਚਾਂ ਦੇ ਬਾਬੂ ਹੈ ਜਾਂ ਪਬਲਿਕ ਹੈ, ਇਧਰੋਂ ਲੰਘਦੇ ਜਾਂਦੇ ਕਿਹੜਾ? ਉਹ ਤਾਂ ਮੈਂ ਜਦੋਂ ਨੀਚੇ ਜਾਂਦੀ ਫਿਰ ਇਹਨੂੰ ਕਹਿ ਦਿੰਦੀ, ਫਿਰ ਥੋੜ੍ਹਾ ਇਹਨੂੰ ਦੇਖ ਲਿਆ ਕਰ, ਇੱਧਰ ਬੰਦ ਕਰ ਦੇ। ਖਬਰੋਂ ਕੀ ਦੁਨੀਆ ਮੇ ਆਈਏ, ਹਮਾਰੇ ਸਾਥ ਕਹੀਂ ਵੀ ਔਰ ਕਭੀ ਵੀ ਜੁੜੀਏ। ਹਮ ਮਿਲੇਂਗੇ ਫੇਸਬੁੱਕ ਪਰ, ਹਮ ਦਿਖੇਂਗੇ ਯੂਟਿਊਬ ਪਰ, ਹਮੇ ਫੋਲੋ ਕੀਜੀਏ ਟਵਿਟਰ ਪਰ। ਖਬਰੋਂ ਕੇ ਸਾਥ ਬਨੇ ਰਹੀਏ ਰਾਤ ਦਿਨ।